ਨੀ ਮੇਰੀਆਂ ਪਾਥੀਆਂ ਕੋਈ ਸਾਰਾ ਹੀ ਘਹਾਰਾ ਚੱਕ ਕੇ ਲੈ ਗਿਆ ਬੇੜੀ ਬੈਠੀ ਦਾ ਨਮੂਤਿਆਂ ਦਾ ਬੇੜਾ ਬਾਈ ਜੇ ਮੈਂ ਤਾਂ ਸਿਖਰ ਦੁਪਹਿਰਾ ਕੱਟ ਕੇ ਉੱਤੋਂ ਦੀ ਨਿਗਾਹ ਕੇ ਮੈਂ ਤਾਂ ਪਾਥੀਆਂ ਮਿਹਨਤ ਨਾਲ ਪੱਥੀਆਂ ਕਿਹਨੂੰ ਗਾਲਾਂ ਕੱਢੀ ਜਾਂਦੀ ਹੈ ਨੀ ਗਾਲਾਂ ਨਾ ਕੱਢਾਂ ਨਾ ਹੋਰ ਕੀ ਕਰਾਂ ਮੈਨੂੰ ਤਾਂ ਲੱਗਦਾ ਇਹਦਾ ਹੀ ਕੰਮ ਹੈ ਤੇਰਾ ਤਾਂ ਉਹ ਹਾਲ ਹੈ ਡੀ ਗਦੀ ਤੋਂ ਗੁੱਸਾ ਘਮਿਆਰ ਤੇ ਨੀ ਤੇਰਾ ਕੀ ਕਹਿਣ ਦਾ ਮਤਲਬ ਤੇਰੀਆਂ ਅੱਖਾਂ ਫੁੱਟੀਆਂ ਨੇ ਬੱਚੇ ਦੀ ਗਰੁੱਪ ਫੋਟੋ ਕਰਨੀ ਹੈ ਤੇ ਤੁਸੀਂ ਕਿੰਨੇ ਰੁਪਏ ਲਓਗੇ ਪੈਸੇ ਤਾਂ ਜੀ 30 ਰੁਪਏ ਚੱਲਦਾ ਰੇਟ ਹਾਂਜੀ ਤੁਸੀਂ ਚਲੋ ਆਪਣੇ ਬੰਦੇ ਤੁਸੀਂ 25 ਦੇ ਦਿਓ ਉਹ ਨਹੀਂ ਵੀਰ 25 ਦਾ ਬਹੁਤ ਜ਼ਿਆਦਾ ਹੈ ਰੇਟ 20 ਰੁਪਏ ਚੱਲਦਾ ਆਪਾਂ ਤਾਂ 20 ਦੇਣੇ ਆ ਚਲੋ ਬਾਕੀ ਜਿਵੇਂ ਤੁਹਾਨੂੰ ਠੀਕ ਲੱਗੇ ਉਦਾਂ ਕਰ ਲਿਓ ਤੇ ਮੈਨੂੰ ਬਾਕੀ ਡੇਟ ਦੱਸ ਦਿਓ ਫਿਰ ਕਈ ਵਾਰ ਰਸ਼ ਹੁੰਦਾ ਨਾ ਫੰਕਸ਼ਨ ਹਾਂਜੀ ਹਾਂਜੀ 150 ਦੱਸ ਦਾਂਗੇ ਤੇ ਤੁਹਾਨੂੰ ਕਾਲ ਕਰਦਾ ਤੁਸੀਂ ਆ ਜਿਓ ਹਨਾ ਠੀਕ ਹੈ ਜੀ ਓਕੇ ਧੰਨਵਾਦ ਚਲੋ ਠੀਕ ਹੈ ਜੀ ਧੰਨਵਾਦ ਜੀ ਇੱਕ ਨਾ ਉਹ ਜਾਂਦੇ ਜਾਂਦੇ ਆਪਣੇ ਜੀਤ ਸਰ ਨੂੰ ਆਵਾਜ਼ ਮਾਰ ਦਿਓ ਠੀਕ ਹੈ ਜੀ ਹਾਂਜੀ ਮਾਸਟਰ ਜੀ ਚਲੋ ਇਹ ਤਾਂ ਗੱਲ ਤੁਹਾਡੀ ਸਹੀ ਆ ਜੀ ਤੁਸੀਂ ਮਾਸਟਰ ਬਣਨ ਤੋਂ ਪਹਿਲਾਂ ਮਾਸਟਰ ਜੀ ਕੀ ਕਰਦੇ ਸੀਗੇ ਉਹ ਮੈਂ ਮਾਸਟਰ ਬਣਨ ਤੋਂ ਪਹਿਲਾਂ ਕਿਹੜੇ ਕੰਮ ਕਰਨੇ ਨੇ ਨਾਲੇ ਹੁਣ ਕਿਹੜੇ ਮੈਂ ਕਰਦਾ ਪਹਿਲਾਂ ਤਾਂ ਮੈਂ ਨਹੀਂ ਕੁਛ ਕਰਦਾ ਸੀਗਾ ਮੇਰਾ ਇੰਤਜ਼ਾਰ ਕਰਦਿਆਂ ਸੀ 15-15, 20-20 ਇਕੱਠੀਆਂ ਕੁੜੀਆਂ ਤੁਹਾਡੇ ਤੇ ਇੰਨੇ ਸੋਹਣੇ ਸੀਗੇ ਜੀ ਉਹ ਸੋਹਣਾ ਕਾਹਨੂੰ ਸੀਗਾ ਮੈਂ ਨਾ ਅਸਲ ਦੇ ਵਿੱਚ ਕਾਲਜ ਵਾਲੀ ਬੱਸ ਚਲਾਉਂਦਾ ਹੁੰਦਾ ਸੀਗਾ ਮਾਸਟਰ ਜੀ ਤੁਹਾਨੂੰ ਪ੍ਰਿੰਸੀਪਲ ਸਰ ਬੁਲਾ ਰਹੇ ਪ੍ਰਿੰਸੀਪਲ ਸਰ ਬੁਲਾ ਰਹੇ ਹਾਂਜੀ ਹੁਣੇ ਬੁਲਾਇਆ ਓਕੇ ਚਲੋ ਜੀ ਮੈਂ ਆ ਗਿਆ ਠੀਕ ਹੈ ਜੀ ਚਲੋ ਬੱਚਿਓ ਕਿਸੇ ਨੇ ਰੌਲਾ ਨਹੀਂ ਪਾਉਣਾ ਮੈਂ ਪ੍ਰਿੰਸੀਪਲ ਸਾਹਿਬ ਕੋਲ ਜਾਵਾਂ ਠੀਕ ਹੈ ਓਕੇ ਪਹਿਲੇ ਪੈਰ ਨੂੰ ਚੜ ਜਾਂਦਾ ਪਿਛਲੇ ਪੈਰ ਨੂੰ ਤਾਰੇ ਹਾਂਜੀ ਸਰ ਬੁਲਾਇਆ ਸੀਗਾ ਜੀ ਹਾਂਜੀ ਤੇ ਕੰਮ ਹੈ ਹਾਂਜੀ ਆਪਾਂ ਨਾ ਬੱਚੇ ਦੀ ਗਰੁੱਪ ਫੋਟੋ ਕਰਨੀ ਆ ਸਕੂਲ 'ਚ ਤੇ ਸਾਰੇ ਬੱਚਿਆਂ ਨੂੰ ਜਾ ਕੇ ਕਹਿ ਦੇ ਵੀ ਘਰੋਂ 40-40 ਰੁਪਏ ਲੈ ਕੇ ਆਉਣ ਅੱਛਾ ਜੀ ਸਾਰੇ ਸਟੂਡੈਂਟਾਂ ਨੂੰ ਕਹਿ ਦੇ ਵੀ ਗਰੁੱਪ ਫੋਟੋ ਕਰਾਉਣੀ ਹੈ 40-40 ਰੁਪਏ ਲੈ ਕੇ ਆਉਣ ਹਾਂ ਇਹ ਹੁਣ ਤੇਰੀ ਜ਼ਿੰਮੇਵਾਰੀ ਆ ਮੈਂ ਕਹਿ ਦਿੰਦਾ ਜੀ ਠੀਕ ਹੈ ਜਾਓ ਓਕੇ 20 ਰੁਪਈਆਂ ਦੀ ਫੋਟੋ ਆ ਕੇ 40-40 ਰੁਪਈਏ ਕਹਿ ਦਿਓ ਜਵਾਕਾਂ ਨੂੰ 20 ਰੁਪਈਆਂ ਦੀ ਸ਼ਰੇਆਮੇ ਕੁੰਡੀ ਫਿਰ ਕਹਿਣਗੇ ਭ੍ਰਿਸ਼ਟਾਚਾਰੀ ਵੱਧ ਗਈ ਚਲੋ ਆਪਾਂ ਨੂੰ ਕੀ ਆ ਆਪਾਂ ਨੇ ਤਾਂ ਹੁਕਮ ਹੈ ਵਜਾਉਣਾ ਹੈ ਪਿਛਲੀ ਗਲੀ ਵਿੱਚ ਆ ਜਾ ਸੋਹਣਿਆ ਸੌ ਕੇ ਪਿੰਡੇ ਸਾਰੇ ਤੈਨੂੰ ਮੈਂ ਸਮਾਵਾਂ ਕਰਦਾ ਕੀ ਆ ਕਿ ਮੈਂ ਖੱਪ ਪਾਈ ਹੈਗੀ ਗੱਲ ਸੁਣ ਲਓ ਮੇਰੇ ਧਿਆਨ ਦੇ ਨਾਲ ਕੱਲ੍ਹ ਨੂੰ ਸਾਰਿਆਂ ਦੀ ਗਰੁੱਪ ਫੋਟੋ ਆਉਣੀ ਆ ਕੱਲ ਨੂੰ ਸਾਰੇ ਜਾਣੇ 60-60 ਰੁਪਏ ਲੈ ਕੇ ਆਇਓ ਠੀਕ ਹੈ 60-60 ਰੁਪਏ ਹਾਂ ਯਾਰ ਪਿੰਡ ਤਾਂ ਆਪਣੇ 20 ਰੁਪਏ ਚ ਫੋਟੋ ਕਰ ਦਿੰਦੇ ਯਾਰ ਗਰੁੱਪ ਵਾਲੇ ਹਨਾ ਨਾਲੇ ਕੋਈ ਮੰਮੀ ਨਾਲ ਕਰ ਦਿੰਦੇ ਯਾਰ ਆਪਣੀ ਸਮੋਸੇ ਖਾਣਗੇ ਲੱਗਦਾ ਇਹ ਸਮੋਸੇ ਖਾਣਗੇ ਸਕੀਮ ਲਾਉਂਦੇ ਨੇ ਠੀਕ ਆ ਮਾਸਟਰ ਜੀ ਲਿਆਵਾਂਗੇ ਜੀ ਚਲੋ ਹੁਣ ਕੱਲ ਨੂੰ 60-60 ਰੁਪਏ ਲੈ ਕੇ ਆ ਹੁਣ ਤੁਹਾਨੂੰ ਛੁੱਟੀ ਆ ਚਲੋ ਜਾਓ ਸ਼ਾਬਾਸ਼ ਗੋਲ ਮਾਲ ਹੈ ਭਾਈ ਸਭ ਗੋਲ ਮਾਲ ਹੈ ਏ ਭਾਈ ਕੌਣ ਆ ਐ ਬਿਜਲੀ ਵਾਲਾ ਜੀ ਬਿੱਲ ਦੇਣਾ ਆ ਅੱਛਾ ਹਾਂ ਆ ਲੋ ਜੀ ਵੇ ਕਿੰਨਾ ਬਿੱਲ ਆਇਆ ਭਾਈ ਇਹ ਤੁਹਾਡਾ ਬਿੱਲ ਆਇਆ 5000 ਨਮੂਤਿਆਂ ਦਾ ਬਾਈ ਜੇ ਬੇੜਾ ਬਿਜਲੀ ਵਾਲਿਆਂ ਦਾ ਬਿਜਲੀ ਵਾਲਾ ਕਾਹਨੂੰ ਬੇੜਾ ਫੜਾਈ ਜਾਂਦੇ ਆ ਬਾਈ ਵੇ ਮੈਂ ਤਾਂ ਕਦੇ ਪੱਖਾ ਨਹੀਂ ਚਲਾਇਆ ਘਰੇ ਇਹ ਪੱਖੇ ਨਾਲ ਨਹੀਂ ਆਉਂਦਾ ਇਹ ਸੁੱਚਾਂ ਨਾਲ ਆਉਂਦਾ ਕੱਢੀ ਜਾਂਦੇ ਆ ਬਿਜਲੀ ਵਾਲਿਆਂ ਨੂੰ ਗਾਲਾਂ ਘਰੇ ਜੈ ਖਾਂਦੀਆਂ ਦੋ ਤਾਂ ਸੁੱਚਾਂ ਨੇ ਤੇ ਜੋ ਹਜੇ ਜਵਾਕ ਕਹਿੰਦੇ ਘਰੇ ਏਸੀ ਲਵਾਉਣਾ ਜੇ ਏਸੀ ਲਵਾ ਲਿਆ ਜੰਮੀ ਬੇੜਾ ਵਾਈ ਜੂ ਘਰੇ ਖਾਓ ਹਾਂ ਬੇਬੇ ਮੈਂ ਕੱਲ ਫੋਟੋ ਕਰਾਉਣੀ ਹੈ ਉਹ ਮੈਂ ਮਰ ਜਾ ਹੋ ਤੂੰ ਫੋਟੋ ਕਰਾਉਵੇਂਗੀ ਤੇਰਾ ਭਾਈ ਜੇ ਬੇੜਾ ਤੈਨੂੰ ਪਾਲ ਪੋਸ ਕੇ ਮੈਂ ਐਡਾ ਕੀਤਾ ਤੂੰ ਸਾਡੇ ਸਿਰ ਚ ਖੇ ਪਾਵੇਂਗੀ ਹੁਣ ਕੱਲ ਗਰੁੱਪ ਫੋਟੋ ਹੋਣੀ ਹੈ ਮਤਲਬ ਸਾਰਿਆਂ ਦੀ ਫੋਟੋ ਕੱਲ ਮੈਨੂੰ 100 ਰੁਪਏ ਦੇ ਦੀ ਯਾਦ ਨਾਲ ਠੀਕ ਹੈ ਮੈਂ ਚੱਲੀ ਆਪਣੀ ਸਹੇਲੀ ਘਰੇ ਗੋਲ ਮਾਲ ਹੈ ਭਾਈ ਸਭ ਗੋਲ ਮਾਲ ਹੈ ਜੈ ਖਾਂਦਾ ਬੇ ਜੇ ਬੇੜਾ ਨਬੁੱਤਿਆਂ ਦਾ ਮਾਸਟਰਾਂ ਦਾ ਜੈ ਖਾਂਦਿਆਂ ਨੇ ਕਿੰਨੀ ਲੁੱਟ ਮਚਾਈ ਆ 20 ਰੁਪਿਆਂ ਦੀ ਫੋਟੋ ਜਿੱਥੋਂ ਮਰਜ਼ੀ ਕਰਾ ਲਓ ਕਹਿੰਦੇ 100 ਰੁਪਿਆ ਲੈਣਾ ਮੈਂ ਕਹਿ ਸੁਣਦੇ ਜਲੇਬੀ ਦੇ ਪਾਪਾ ਆ ਦਿਓ 200 ਰੁਪਿਆ ਕੁੜੀ ਨੂੰ ਦੇਣਾ ਗੋਲ ਮਾਲ ਹੈ ਭਾਈ ਸਭ ਗੋਲ ਮਾਲ ਹੈ ਗੋਲ ਮਾਲ ਹੈ ਭਾਈ ਸਭ ਗੋਲ ਮਾਲ ਹੈ ਹਰ ਗੋਲ ਮਾਲ ਹੈ ਭਾਈ ਸਭ ਗੋਲ ਮਾਲ ਹੈ ਹਰ ਸਿੱਧੇ ਰਸਤੇ ਕੀ ਇੱਕ ਟੇੜੀ ਚਾਲ ਹੈ ਸਿੱਧੇ ਰਸਤੇ ਕੀ ਇੱਕ ਟੇੜੀ ਚਾਲ ਹੈ ਗੋਲਮਾਲ ਹੈ ਭਾਈ ਸਭ ਗੋਲਮਾਲ ਹੈ।